ਨਿਸ਼ ਫਗਾਰਦਾ ਦਿੱਲੀ ਪੂਜਣ ਤੇ ਨਿਗਾਹ ਸਵਾਗਤ ਮੱਖ ਮੰਤਰੀ ਭਗਵੰਤ ਮਾਨ ਵੱਲੋਂ ਰਖੜੀ ਮੌਕੇ ਮਹਿਲਾਵਾਂ ਨੂੰ ਤੋਹਫਾ ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਪਰਨ ਦਾ ਐਲਾਨ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ 'ਤੇ ਪ੍ਰਭਾਵਤ ਕੋਲਕਾਤਾ ਜਵਰਜਨਾ ਦੇ ਕਤਲ ਮਾਮਲੇ ਵਿੱਚ ਸਾਬਕਾ ਪ੍ਰਿੰਸੀਪਲ ਸੀਬੀਆਈ ਅੱਗੇ ਪੇਸ਼ ਹਰਿਆਣਾ ਵਿੱਚ ਦੋ ਸਾਬਕਾ ਮੰਤਰੀਆਂ ਸਣੇ ਚਾਰ ਵਿਧਾਇਕਾਂ ਨੇ ਛੱਡੀ ਜੱਜਪਾ ਅੱਤਵਾਦ ਕੱਟੜਵਾਦ ਤੇ ਵਖਵਾ ਸਾਡੇ ਸਮਾਜ ਦੇ ਲਈ ਗੰਭੀਰ ਖਤਰਾ ਪ੍ਰਧਾਨ ਮੰਤਰੀ ਮੋਦੀ ਦੇਸ਼ਤਵਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਪੈਰਿਸ 올림픽 ਵਿੱਚ ਮੈਲਾ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪੁੱਜਣ ਮਗਰੋਂ ਪਾਰ ਜ਼ਿਆਦਾ ਹੋਣ ਕਾਰਨ ਤਗਮਾ ਨਾ ਜਿੱਤ ਸਕਣ ਵਾਲੀ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਪਗਾੜ ਦਾ ਇੰਦਰਾ ਗਾਂਧੀ ਕਮਨਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਬਜਰੰਗ ਪੂਨੀਆ ਤੇ ਸਾਖਸ਼ੀ ਮਾਲਕ ਵਰਗੇ ਸਟਾਰ ਖਿਡਾਰੀਆਂ ਤੋਂ ਇਲਾਵਾ ਪੰਚਾਇਤ ਆਗੂ ਵੀ ਵਿਨੇਸ਼ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ ਹਵਾਈ ਅੱਡੇ ਤੇ ਸਵਾਗਤ ਤੋਂ ਬਾਅਦ ਵਿਨੇਸ਼ ਦੀਆਂ ਅੱਖਾਂ ਪਰਾਈਆਂ। ਵਿਨੇਸ਼ ਦਾ ਕਹਿਣਾ ਹੈ ਕਿ ਉਹ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹੈ। ਇਸ ਤੋਂ ਬਾਅਦ ਇਹ ਕਾਫਲਾ ਵਿਨੇਸ਼ ਦੇ ਨਾਲ ਹਰਿਆਣਾ ਵਿੱਚਲੇ ਉਸਦੇ ਪਿੰਡ ਬਲਾਲੀ ਰਵਾਨਾ ਹੋਇਆ। ਰਾਹ ਵਿੱਚ ਲੋਕ ਉਸ ਦੇ ਸਵਾਗਤ ਲਈ ਖੜੇ ਸਨ। ਉਸ ਨੇ ਆਪਣੇ ਪਿੰਡ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਦੇ ਦਵਾਰਕਾ ਵਿੱਚਲੇ ਇੱਕ ਮੰਦਰ ਵਿੱਚ ਪੂਜਾ ਕੀਤੀ। ਵਿਨੇਸ਼ ਦੇ ਆਉਣ ਤੇ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ। ਪਰਿਸਤੋਪਰਤੀ ਵਿਨੇਸ਼ ਵੁਗਾਰ ਦਾ ਕਹਿਣਾ ਹੈ ਕਿ ਲੜਾਈ ਹਲੇ ਖਤਮ ਨਹੀਂ ਹੋਈ ਇਹ ਜਾਰੀ ਰਹੇਗੀ। ਭਾਵਕ ਹੋਈ ਵਿਨੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਮੈਂ ਸਾਰੇ ਦੇਸ਼ਵਾਸੀਆਂ ਦਾ ਧੰਨਵਾਦ ਕਰਦੀ ਹਾਂ ਮੇਰੀ ਲੜਾਈ ਵਿੱਚ ਸਾਥ ਦੇਣ ਦੇ ਲਈ ਦੇਸ਼ਵਾਸੀਆਂ ਦਾ ਸ਼ੁਕਰੀਆ। ਮੇਰੀ ਲੜਾਈ ਹਲੇ ਖਤਮ ਨਹੀਂ ਹੋਈ ਇਹ ਜਾਰੀ ਰਹੇਗੀ। ਇਸ ਦੌਰਾਨ ਵਿਨੇਸ਼ ਦੇ ਪਤੀ ਸੋੰਬੀ ਰਾਠੀ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਬਾਰੇ ਕਿਹਾ ਹੈ ਕਿ ਵਿਨੇਸ਼ ਨੂੰ ਫੈਡਰੇਸ਼ਨ ਵੱਲੋਂ ਪੂਰਾ ਸਹਿਯੋਗ ਨਹੀਂ ਮਿਲਿਆ। ਫਰਗਾਟ ਬਲੋ ਅਖਾੜੇ ਤੋਂ ਦੂਰ ਹੋਣ ਦੇ ਫੈਸਲੇ ਬਾਰੇ ਰਾਠੀ ਨੇ ਕੋਈ ਟਿੱਪਣੀ ਨਹੀਂ ਕੀਤੀ ਸਾਖਸ਼ੀ ਮਲਕ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਬਾਅਦ ਘਰ ਭਰਤੀ ਹੈ ਉਹ ਕਾਫੀ ਭਾਵਕ ਹੈ ਉਹ ਆਪਣੇ ਪਰਿਵਾਰ ਦੇ ਨਾਲ ਕੋਈ ਸਮਾਂ ਬਤਾਏਗੀ ਵਿਨੇਸ਼ ਨੇ ਔਰਤਾਂ ਲਈ ਜੋ ਵੀ ਕੀਤਾ ਹੈ ਉਹ ਸ਼ਲਾਗਾ ਜੋ ਹੈ ਉਹ ਭਾਵੇਂ ਕੋਈ ਤਗਮਾ ਹਾਸਲ ਨਹੀਂ ਕਰ ਸਕੀ ਪਰ ਸਾਡੇ ਲਈ ਉਹ ਚੈਂਪੀਅਨ ਹੈ ਰਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦੇ ਨਾਲ-ਨਾਲ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਹੈ। ਰਖੜੀ ਸਮਾਗਮ ਦੇ ਤਿਉਹਾਰ ਮੌਕੇ ਰਾਜਪ트ਰੀ ਸਮਾਗਮਦran ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਆਂਗਣਵਾੜੀ ਵਰਕਰਾਂ ਦੀ ਭਰਤੀ ਨਾਲ ਰੁਜ਼ਗਾਰ ਦੇ ਨਵੇਂ ਰਾਹ ਖੁੱਲਣਗੇ ਜੋ ਮਹਿਲਾਵਾਂ ਦੇ ਵਧ ਅਧਿਕਾਰਾਂ ਲਈ ਬੇਹੱਦ ਸਹਾਈ ਹੋਣਗੇ। ਉਨਾਰਾ ਕਹਿਣਾ ਹੈ ਕਿ ਸਰਕਾਰ ਆਸ਼ਾ ਵਰਕਰਾਂਆਂ ਜਾਂ ਜਾਇਜ ਮੰਗਾ ਉੱਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮਹਿਲਾ ਸ਼ਕਤੀਕਰਨ ਦੇ ਮਨੋਰਥ ਨਾਲ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ 6 ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਿਸ ਕਪਤਾਨ ਅਤੇ 8 ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਉਹਨਾਂ ਦਾ ਕਹਿਣਾ ਹੈ ਕਿ ਅਗਬਜਾਓ ਸਟਾਫ ਵਿੱਚ ਮਹਿਲਾਵਾਦੀ ਭਰਤੀ ਲਈ ਫਿਜ਼ੀਕਲ ਟੈਸਟ ਦੇ ਮੌਜੂਦਾ ਮਾਪਦੰਡ ਬਦਲਣ ਦੇ ਲਈ ਨਿਜਮਾ ਵਿੱਚ ਲੁੜਿੰਦੀਆਂ ਸੋਧਾਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਦੌਰਾਨ ਨਵ ਨਿਯੁਕਤ ਸੁਪਰਵਾਈਜ਼ਰ ਨਵਦੀਪ ਕੌਰ ਨੇ ਸਪਾਰਦਸ਼ੀ ਪ੍ਰਕਿਰਿਆ ਅਪਣਾਉਣ ਦੇ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਹੈ ਕਿ ਇਸ ਨੌਕਰੀ ਨਾਲ ਉਸ ਦਾ ਅਤੇ ਮਾਪਿਆਂ ਦਾ ਸੁਪਨਾ ਸਾਕਾਰ ਹੋਇਆ ਹੈ। ਉਸ ਨੇ ਧੰਨਵਾਦ ਵਜੋਂ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਦੇ ਰਖੜੀ ਵੀ ਬਣੇ। ਉਸ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੌਰਾਨ ਹੀ ਪ੍ਰਾਣੋਬੀ ਸਰਕਾਰੀ ਨੌਕਰੀ ਮਿਲੀ ਹੈ। ਇਸ ਮੌਕੇ ਸਮਾਜਿਕ ਸੁਰੱਖਿਆ ਮੰਤਰੀ ਵਿਭਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤਿਆਰ ਅਤੇ ਹੋਰ ਸਖਸ਼ਿਤਾ ਹਾਜ਼ਰ ਸਨ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵਿੱਚ ਜੋਰ ਤੋੜ ਸ਼ੁਰੂ ਹੋ ਗਿਆ ਹੈ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਜੱਜਪਾ ਦੇ ਦੋ ਸਾਫਕਾ ਮੰਤਰੀਆਂ ਸਨ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਦਾ ਆਖ ਦਿੱਤਾ ਜੱਜਪਾ ਛੱਡਣ ਵਾਲਿਆਂ ਵਿੱਚ ਸਾਬਕਾ ਮੰਤਰੀ ਤੇ ਵਿਧਾਨ ਸਭਾ ਹਲਕਾ ਉਕਲਾਣਾ ਤੋਂ ਵਿਧਾਇਕ ਅਨੂਪ ਧਾਨਕ ਸਾਬਕਾ ਮੰਤਰੀ ਦੇ ਟੁਹਾਣਾ ਤੋਂ ਵਿਧਾਇਕ ਦਵਿੰਦਰ ਭਬਲੀ ਵਿਧਾਨ ਸਭਾ ਹਲਕਾ ਸ਼ਹਿਵਾਤ ਤੋਂ ਵਿਧਾਇਕ ਰਾਮਕਰਨ ਕਾਲਾ ਤੇ ਗੂਲਾਚੀਕਾ ਤੋਂ ਵਿਧਾਇਕ ਈਸ਼ਵਰ ਸਿੰਘ ਸ਼ਾਮਲ ਹਨ ਜਾਣਕਾਰੀ ਅਨੁਸਾਰ ਧਾਨਕ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਉਨ੍ਹਾਂ ਇਸ ਸੰਬੰਧੀ ਜੱਜਪਾ ਦੇ ਕੌਮੀ ਪ੍ਰਧਾਨ ਅਜੀਤ ਸਿੰਘ ਚੋਟਾਲਾ ਨੂੰ ਪੱਤਰ ਲਿਖਿਆ ਹੈ ਇਸੇ ਤਰ੍ਹਾਂ ਵਿਧਾਇਕ ਈਸ਼ਵਰ ਸਿੰਘ ਤੇ ਰਾਮਕਰਨ ਕਾਲਾ ਨੇ ਵੀ ਨਿਜੀ ਕਾਰਨਾ ਕਰਕੇ ਅਸਤੀਫਾ ਦਿੱਤਾ ਹੈ। ਸੂਤਰਾਂ ਅਨੁਸਾਰ ਇਹ ਦੋਵੇਂ ਵਿਧਾਇਕ ਜਲਦ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਦਵਿੰਦਰ ਬਬਲੀ ਦੇ ਪਾਰਟੀ ਛੱਡਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਿਆ। ਇਹ ਵੀ ਪਤਾ ਲੱਗਾ ਹੈ ਕਿ ਕੁਝ ਹੋਰ ਵਿਧਾਇਕ ਵੀ ਨਾਰਾਜ਼ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਕਾਸ ਯਾਤਰਾ ਦੇ ਆਧਾਰ ਤੇ ਵਪਾਰ ਤਕਨੀਕ ਸਾਂਝਾ ਕਰਨ ਅਤੇ ਰਿਆਇਤੀ ਵਿੱਤ ਦੀ ਸਹੂਲਤ ਲਈ ਗਲੋਬਲ ਸਾਊਥ ਲਈ ਮਨੁੱਖੀ ਕੇਂਦਰਿਤ ਗਲੋਬਲ ਡਿਵੈਲਪਮੈਂਟ ਕੰਪੈਕਟ ਬਣਾਉਣ ਦਾ ਪ੍ਰਸਤਾਵ ਰੱਖਿਆ। ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਬੀ ਆਰ ਆਈ ਤਹਿਤ ਕਰਜ਼ੇ ਦੇ ਜਾਲ ਵਿੱਚ ਫਸਣ ਵਾਲੇ ਕਈ ਦੇਸ਼ਾਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਾਰ ਭਾਰਤ ਦੀ ਮੇਜ਼ਬਾਨੀ ਵਿੱਚ ਤੀਜੇ ਵਰਚੁਅਲ ਵਾਈਸ ਆਫ ਗਲੋਬਲ ਸਾਊਥ ਸਮਿਟ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਕੰਪੈਕਟ ਤਹਿਤ ਵਿਕਾਸ ਦੇ ਨਾਂ ਤੇ ਲੋਡਵਾਂ ਦੇ ਦੇਸ਼ਾਂ ਨੂੰ ਕਰਜ਼ੇ ਦੇ ਬੋਝ ਵਿੱਚ ਨਹੀਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਤਾਕਤ ਸਾਡੀ ਏਕਤਾ ਵਿੱਚ ਹੈ ਅਸੀਂ ਇੱਕ ਨਵੀਂ ਦਿਸ਼ਾ ਵਿੱਚ ਅੱਗੇ ਵਧਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਸਾਊਥ ਨੂੰ ਭੋਜਨ ਅਤੇ ਊਰਜਾ ਸੁਰੱਖਿਆ ਸੰਕਟ ਅਤੇ ਅੱਤਵਾਦ ਕੱਟੜਵਾਦ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਲੋਬਲ ਡਿਵੈਲਪਮੈਂਟ ਕੰਪੈਕਟ ਗਲੋਬਲ ਸਾਊਥ ਦੇ ਉਦੇਸ਼ਾਂ ਵੱਲੋਂ ਤੈਅ ਕੀਤੀਆਂ ਗਈਆਂ ਵਿਕਾਸ ਤਰਜੀਹਾਂ ਤੋਂ ਪ੍ਰੇਰਿਤ ਹੋਵੇਗਾ। ਜੋ ਵਿਕਾਸ ਦੇ ਲਈ ਮਨੁੱਖੀ ਕੇਂਦਰ ਤੇ ਉਹ ਅਜਾਮੀ ਹੋਵੇਗਾ ਅਤੇ ਬਹੁ ਖੇਤਰੀ ਪਹੁੰਚ ਨੂੰ ਉਤਸ਼ਾਹਿਤ ਕਰੇਗਾ। ਇਹ ਵਿਕਾਸ ਵਿੱਤ ਦੇ ਨਾਂ ਤੇ ਲੋੜਵੰਦ ਦੇਸ਼ਾਂ ਤੇ ਖਰਚੇ ਦਾ ਬੋਝ ਨਹੀਂ ਪਾਏਗਾ। ਕੈਲੀਫੋਰਨੀਆ ਵਿੱਚ ਇੱਕ ਅਮਰੀਕੀ ਸੰਘੀ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਮੁੰਬਈ 26/11 ਹਮਲਿਆਂ ਦੇ ਮਲਜ਼ਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹਵਰ हुसैन ਰਾਣਾ ਨੂੰ ਦੋਵਾਂ ਦੇਸ਼ਾਂ ਦਰਮਿਆਨ ਹਵਾਲਗੀ ਸੰਧੀ ਤਹਿਤ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਭਾਰਤ ਅਮਰੀਕਾ ਹਵਾਲਗੀ ਸੰਧੀ ਰਾਣਾ ਦੀ ਹਵਾਲਗੀ ਦੀ ਇਜਾਜ਼ਤ ਦਿੰਦੀ ਹੈ। 9ਵੇਂ ਸਰਕਟ ਲਈ ਯੂਐਸ ਕੋਰਟ ਆਫ ਅਪੀਲਜ਼ ਦੇ ਜੱਜਾਂ ਦੇ ਇੱਕ ਪੈਨਲ ਨੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ 63 ਸਾਲਾ ਰਾਣਾ ਦੀ ਹੈਬੀਅਸ ਕਾਰਪਸ ਪਟੀਸ਼ਨ ਨੂੰ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਫੈਸਲਾ ਕੀਤਾ ਹੈ ਕਿ ਰਾਣਾ ਦਾ ਕਥਿਤ ਅਪਰਾਧ ਸੰਧੀ ਦੀਆਂ ਸ਼ਰਤਾਂ ਦੇ ਅੰਦਰ ਆਉਂਦਾ ਹੈ। ਰਾਣਾ ਦੀ ਭਾਰਤ ਨੇ 2008 ਦੇ ਮੁੰਬਈ ਅਤਵਾਦੀ ਹਮਲਿਆਂ ਵਿੱਚ ਸ਼ਮੂਲੀਅਤ ਦੇ ਲਈ ਹਵਾਲੇਗੀ ਦੀ ਮੰਗ ਕੀਤੀ ਸੀ। 26/11 ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਵਿੱਚੋਂ ਇੱਕ ਰਾਣਾ ਜੋ ਇਸ ਸਮੇਂ ਲਾਸ ਐਂਜਲਸ ਦੀ ਜੇਲ੍ਹ ਵਿੱਚ ਬੰਦ ਹੈ ਨੂੰ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇੱਕ ਪਾਕਿਸਤਾਨੀ-ਅਮਰੀਕੀ ਮੈਂਬਰ ਡੇਵਿਡ ਕੋਲਮੈਨ ਹੈਡਲੀ ਨਾਲ ਸਬੰਧ ਦੇ ਦੋਸ਼ਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਰਨਾਟਕ ਦੇ ਰਾਜਪਾਲ ਬਾਬਰਚੰਦ ਗਹਿਲੋਤ ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਜਗ੍ਹਾ ਦੀ ਅਲਾਟਮੈਂਟ ਸੰਬੰਧੀ ਘੁਟਾਲੇ ਦੇ ਸਬੰਧ ਵਿੱਚ ਮੁੱਖ ਮੰਤਰੀ ਸਿਦਰਮਈਆ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ। ਰਾਜਪਬੰਦ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਪਾਲ ਨੇ ਮੁੱਖ ਮੰਤਰੀ ਖਿਲਾਫ ਮੁਕਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ। ਇਹ ਫੈਸਲਾ ਟੀजे ਇਬਰਾਹਿਮ, ਪ੍ਰਦੀਪ ਕੁਮਾਰ ਤੇ ਸੁਨੇਹਾਮਈ ਕ੍ਰਿਸ਼ਨਾ ਦੁਆਰਾ ਧਾਇਰ ਤਿੰਨ ਪਟੀਸ਼ਨਾਂ ਤੇ ਆਧਾਰਿਤ ਹੈ। ਲੋਕ ਸਭਾ ਸਪੀਕਰ ਓਮ ਵੇਲਾਵੋਲੋ ਸਾਲ 2024-25 ਦੇ ਲਈ 5 ਨਵੀਆਂ ਸੰਸਦੀ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹ ਕਮੇਟੀਆਂ ਸਰਕਾਰੀ ਖਰਚਿਆਂ ਦੀ ਜਾਂਚ ਕਰਨ ਗਿਆ। ਸਾਰੀਆਂ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵੀ ਨਿਯੁਕਤ ਕੀਤੇ ਗਏ ਹਨ। ਲੋਕ ਸਭਾ ਸਪੀਕਰ ਵੱਲੋਂ ਗਠਿਤ ਪੰਜ ਕਮੇਟੀਆਂ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਲਾਈ ਕਮੇਟੀ, ਪਬਲਿਕ ਅੰਡਰਟੇਕਿੰਗ ਕਮੇਟੀ, ਪਬਲਿਕ ਅਕਾਊਂਟਸ ਕਮੇਟੀ, ਅਨੁਮਾਨ ਕਮੇਟੀ ਅਤੇ ਹੋਰ ਪਿਛੜਾ ਵਰਗ ਦੀ ਭਲਾਈ ਬਾਰੇ ਕਮੇਟੀ ਸ਼ਾਮਲ ਹਨ। ਹਾਲਾਂਕਿ ਜ਼ਿਆਦਾਤਰ ਸੰਸਦੀ ਕਮੇਟੀਆਂ ਦੀ ਚੇਅਰਮੈਨੀ ਭਾਜਪਾ ਕੋਲ ਗਈ ਹੈ। ਸਿਰਫ ਲੋਕ ਲੇਖਾ ਕਮੇਟੀ ਦੀ ਪ੍ਰਧਾਨਗੀ ਹੀ ਕਾਂਗਰਸ ਕੋਲ ਗਈ ਹੈ। ਵਿਹਾਰ ਦੇ ਪਾਗਲਪੁਰ ਵਿਖੇ ਨਿਰਮਾਣ ਅਧੀਨ ਸੁਲਤਾਨਗੰਜ ਅਗਵਾਨੀ ਘਾਟ ਪੁਲ ਦੇ ਪਿੱਲਰ ਨੰਬਰ 9 ਦਾ ਹਿੱਸਾ ਟਹਿ ਗਿਆ ਇਸ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਇਹ ਪੁਲ ਪਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਨੂੰ ਖਗਰੜੀਆ ਜ਼ਿਲ੍ਹੇ ਦੇ ਅਗਵਾਨੀ ਘਾਟ ਨੂੰ ਆਪਸ ਵਿੱਚ ਜੋੜੇਗਾ ਇਹ ਪੁਲ ਦੋ ਸਾਲਾਂ ਚ ਤੀਜੀ ਵਾਰ ਟਹਿ ਗਿਆ ਜਿਸ ਨਾਲ ਉਸਾਰੀ ਦੀ ਗੁਣਵੱਤਾ ਤੇ ਪ੍ਰੋਜੈਕਟ ਪ੍ਰਬੰਧਨ ਬਾਰੇ ਖਰਸ਼ੇ ਘਟੇ ਹੋ ਗਏ ਹਨ ਇਥੋਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਇਹ ਪੁਲ ਦਾ ਹਿੱਸਾ ਸਵੇਰੇ ਟਹਿ ਗਿਆ ਇਸ ਨਾਲ ਸੂਬਾ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲੀ ਹੈ ਪੰਜਾਬ ਨਾਲ ਸੰਬੰਧਤ ਅਤੇ ਭਾਜਪਾ ਦੇ ਕੌਮੀ ਜਰਨਲਿਸਟ ਕਰਤਾਰ ਤਰਨ ਚੁੱਗਵਲੋਂ ਲਿਖੀ ਕਿਤਾਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਿਲੀਜ਼ ਕੀਤਾ ਗਿਆ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਹੈਰਾਨੀ ਪ੍ਰਗਟਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਦੇਸ਼ ਇੱਕ ਚੋਣ ਤੇ ਜ਼ੋਰ ਦੇਣ ਦੇ ਬਾਵਜੂਦ ਆਗਾਮੀ ਰਾਜ ਚੋਣਾਂ ਇੱਕੋ ਵੇਲੇ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਹਨ ਸ਼ਰਦ ਪਵਾਰ ਨੇ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਇੱਕ ਦੇਸ਼ ਇੱਕ ਚੋਣ ਦੀ ਵਕਾਲਤ ਕੀਤੀ ਸੀ। ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਵਿੱਚ ਤਿੰਨ ਪੜਾਅਾਂ ਅਤੇ ਹਰਿਆਣਾ ਵਿੱਚ ਸਤੰਬਰ-ਅਕਤੂਬਰ ਵਿੱਚ ਇੱਕ ਪੜਾਅ ਚ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ। ਟਰੈਕ ਤੇ ਰੇਲ ਪਟੜੀਆਂ ਦਾ ਟੁਕੜਾ ਫਸਾ ਕੇ 1280 ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਨੂੰ ਪਲਟਾਉਣ ਦੀ ਸਾਜਿਸ਼ ਰਚੀ ਗਈ ਹੈ। ਪਟੜੀ ਦਾ ਟੁਕੜਾ ਇੰਜਣ ਦੇ ਕੈਟਰਗਾਰਡ ਵਿੱਚ ਫਸ ਗਿਆ। ਇਸ ਨਾਲ ਟਰੈਕ ਨੁਕਸਾਨਿਆ ਗਿਆ ਤੇ ਇੰਜਣ ਦੇ ਨਾਲ-ਨਾਲ 20 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਕਾਨਪੁਰ ਸੈਂਟਰਲ ਸਟੇਸ਼ਨ ਤੋਂ ਕਰੀਬ 10 ਕਿਲੋਮੀਟਰ ਅੱਗੇ ਚੰਸੀ ਰੂਟ ਤੇ ਪਾਨਕੀ ਵਿੱਚ ਸ਼ੁੱਕਰਵਾਰ ਰਾਤ 2:35 ਵਜੇ ਵਾਪਰੀ। ਇਸ ਮੌਕੇ ਤੇ ਕੁਝ ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਵਾਲੀ ਥਾਂ ਨੇੜੇ ਦੋਮਾ ਟ੍ਰੈਕਾਂ ਵਿਚਾਲੇ ਕਰੀਬ 3 ਫੁੱਟ ਲੰਬਾ ਪਟੜੀ ਦਾ ਟੁਕੜਾ ਮਿਲਿਆ ਹੈ। ਹਾਸੀ ਤੋਂ 1 ਘੰਟਾ 20 ਮਿੰਟ ਪਹਿਲਾਂ ਪਟਨਾ ਇੰਦੌਰ ਐਕਸਪ੍ਰੈਸ ਇਸੇ ਰੂਟ ਤੋਂ ਲੰਗੀ ਸੀ। ਖਰਸ਼ਾ ਹੈ ਕਿ ਇਸ ਤੋਂ ਬਾਅਦ ਹੀ ਪਟੜੀ ਦਾ ਟੁਕੜਾ ਟਰੈਕ ਵਿੱਚ ਫਸਾਇਆ ਗਿਆ ਸੀ। ਘਟਨਾ ਵੇਲੇ ਟ੍ਰੇਨ ਦੇ ਰਫ਼ਤਾਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੇ ਦਰਮਿਆਨ ਸੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਇੰਜਨ ਦੇ ਨਾਲ ਕੋਈ ਚੀਜ਼ ਟਕਰਾਉਣ ਨਾਲ ਟ੍ਰੇਨ ਬੇਪਟੜੀ ਹੋਈ ਹੈ ਟਕਰਾਉਣ ਦੇ ਡੂੰਘੇ ਨਿਸ਼ਾਨ ਵੀ ਮਿਲੇ ਹਨ ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਪੰਜਾਬ ਕਿੰਗ ਵਿੱਚ ਵਿਵਾਦ ਛਿੜ ਪਿਆ ਕੇਪੀਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੀ ਸਹਿ ਮਾਲਕਾ ਆਧਕਾਰਾ ਪ੍ਰੀਤੀ ਜੰਟਾ ਨੇ ਕੰਪਨੀ ਦੇ ਹੀ ਇੱਕ ਸਹਿ ਮਾਲਕ ਮੋਹਿਤ ਵਰਮਨ ਖਿਲਾਫ ਚੰਡੀਗੜ੍ਹ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਇਸ ਪਟੀਸ਼ਨ 'ਚ ਪ੍ਰੀਤੀ ਨੇ ਮੋਹਿਤ ਵਰਮਨ ਦੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਤੇ 20 ਅਗਸਤ ਨੂੰ ਸੁਣਵਾਈ ਹੋਵੇਗੀ। ਪਟੀਸ਼ਨ ਮੁਤਾਬਕ ਮੋਹਿਤ ਵਰਮਨ ਕੇਪੀਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ 48 ਫੀਸਦੀ ਦੇ ਹਿੱਸੇਦਾਰ ਹਨ ਜਦਕਿ 23-23 ਫੀਸਦੀ ਦੀ ਹਿੱਸੇਦਾਰੀ ਪ੍ਰੀਤੀ ਤੇ ਨਸਵਾੜੀਆ ਕੋਲ ਹੈ। ਬਾਕੀ ਸ਼ੇਅਰ ਕਰਨਪਾਲ ਦੇ ਹਨ। ਪੰਜਾਬ ਕਿੰਗਜ਼ ਇਸੇ ਕੰਪਨੀ ਦੀ ਟੀਮ ਹੈ। ਪ੍ਰੀਤੀ ਜਿੰਟਾ ਦਾ ਕਹਿਣਾ ਹੈ ਕਿ ਮੋਹਿਤ ਆਪਣੇ ਹਿੱਸੇ ਤੋਂ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਹੇ ਹਨ ਜਿਸ ਤੇ ਅਦਾਲਤ ਨੂੰ ਬਰਮਨ ਨੂੰ ਜਵਾਬ ਦੇਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਕੋਲਕਾਤਾ ਸਥਿਤ ਆਰਜੀਕਰ ਮੈਡੀਕਲ ਕਾਰੇ ਦੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਇੱਕ ਮਹਿਲਾ ਡਾਕਟਰ ਨਾ ਕਤਰ ਜਬਰਜਨਾ ਤੇ ਉਸ ਦੀ ਹੱਤਿਆ ਮਾਮਲੇ ਵਿੱਚ ਮੁੱਖ ਪੁਸ਼ਪ ਪਰਤਾਰ ਦੇ ਲਈ ਲਗਾਤਾਰ ਦੂਜੇ ਦਿਨ ਸੀਬੀਆਈ ਸਾਹਮਣੇ ਪੇਸ਼ ਹੋਏ। ਬੀਤੇ ਦਿਨ ਕੇਂਦਰੀ ਏਜੰਸੀ ਸਾਬਕਾ ਪ੍ਰਿੰਸੀਪਲ ਨੂੰ ਪੁਛਪੜਤਾਲ ਦੇ ਲਈ ਆਪਣੇ ਨਾਲ ਲੈ ਗਏ ਸੀ ਤੇ ਤੇ ਰਾਤ ਤੱਕ ਪੁਛਪੜਤਾਲ ਕੀਤੀ ਗਈ। ਇਸੇ ਦੌਰਾਨ ਇਸ ਮਾਮਲੇ ਵਿੱਚ ਹੜਤਾਲ ਤੇ ਬੈਠੇ ਡਾਕਟਰਾਂ ਕਾਰਨ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਰਹੀਆਂ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਗੋਸ਼ ਨੂੰ ਇੱਥੇ ਸੀਜੀਓ ਕੰਪਲੈਕਸ ਅਤੇ ਸੀਬੀਆਈ ਦਫ਼ਤਰ ਦੇ ਇੱਕ ਕਮਰੇ ਵਿੱਚ ਰਾਤ ਕਾਫੀ ਦੇਰ ਤੱਕ ਬਿਠਾਇਆ ਗਿਆ। ਉਹਨਾਂ ਤੋਂ ਪੁਛਪੜਤਾਲ ਕੀਤੀ ਗਈ। ਕੋਸ਼ ਦੂਜੀ ਵਾਰ ਪੁਛਪੜਤਾਲ ਦੇ ਲਈ ਸਵੇਰੇ 10:30 ਵਜੇ ਤੋਂ ਕੁਝ ਸਮਾਂ ਪਹਿਲਾਂ ਸੀਬੀਆਈ ਦਫ਼ਤਰ ਪਹੁੰਚੇ। ਦਿੱਲੀ ਸਿਹਤ ਮੰਤਰਾਲੇ ਨੇ ਕਿਹਾ ਕਿ ਸਿਹਤ ਸੰਬੰਧੀ ਪੇਸ਼ੇਵਰ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਸਾਰੇ ਸੰਭਾਵੀ ਸੁਝਾਅ ਲੈਣ ਵਾਸਤੇ ਇੱਕ ਕਮੇਟੀ ਬਣਾਈ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀਆਂ ਵਿਧਾਨ ਸਭਾ ਸਪੀਕਰ ਤੇ ਡੈਪਟੀ ਸਪੀਕਰ ਦੇ ਘਰ ਸਵੇਤ 18 ਥਾਵਾਂ ਤੇ ਰੋਸ ਮਜਾਰੇ ਕੀਤੇ ਗਏ। ਜਾਣਕਾਰੀ ਅਨੁਸਾਰ ਕਿਸਾਨਾਂ ਨੇ ਮੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿੱਚ ਲਈ ਰਿਹائش ਤੇ ਤੂਰੀ ਸਥਿਤ ਦਫ਼ਤਰ ਤੋਂ ਇਲਾਵਾ ਸੁਨਾਮ ਵਿੱਚ ਕੈਬਨਿਟ ਮੰਤਰੀ ਅਮਨ अरोड़ा ਡੜਵਾ ਵਿੱਚ ਹਰਪਾਲ ਸਿੰਘ ਝੀਮਾ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਕੁਲਦੀਪ ਸਿੰਘ ਢਾਲੀਵਾਲ ਜੰਡੇਾਲਾ ਵਿੱਚ ਹਰਪ੍ਰੀਤ ਸਿੰਘ ਈਟੀਓ ਤੇ ਗੁਰਦਾਸਪੁਰ ਵਿੱਚ ਲਾਲਚੰਦ ਕਟਾਰੂ ਚੱਕ ਦੇ ਘਰਾਗੇ ਪ੍ਰਦਰਸ਼ਨ ਕੀਤੇ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਥੋੜੀ ਦੂਰੀ ਤੇ ਰੋਕ ਦਿੱਤਾ ਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਉੱਥੇ ਬੈਠ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਤਬਾਹ ਹੋ ਚੁੱਕੇ ਨਹਿਰੀ ਢਾਂਚੇ ਦੀ ਮੁਰੰ ਅਸਾਰੀਅਤੇ ਨਵੇਂ ਇਲਾਕਿਆਂ ਵਿੱਚ ਨਹਿਰੀ ਢਾਂਚੇ ਦਾ ਵਿਸਤਾਰ ਕਰਕੇ ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਪਹੁੰਚਾਉਣ ਦੀ ਯੋਜਨਾ ਉਲਕਣੀ ਚਾਹੀਦੀ ਹੈ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਇਸ ਸਬੰਧੀ ਪੰਜਾਬ ਲਈ ਵਿਤੀ ਪੈਕੇਜ ਦੀ ਮੰਗ ਵੀ ਕੀਤੀ ਉਹਨਾਂ ਸਾਰੀਆਂ ਫਸਲਾਂ ਦੇ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੇ ਨਾਲ-ਨਾਲ ਮੀਂਹ ਦੇ ਪਾਣੀ ਦੀ ਸੰਭਾਲ ਲਈ ਜਲ ਨੀਤੀ ਤਿਆਰ ਕਰਨ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਨੇ ਮੱਧ ਪੂਰਬ ਅਤੇ ਪਾਕਿਸਤਾਨ ਨਾਲ ਸੜਕੀ ਲਾਂਘਿਆਂ ਰਾਹੀਂ ਵਪਾਰ ਨੂੰ ਖੋਲਣ ਲਈ ਵਾਗਾ ਅਟਾਰੀ ਤੇ ਹਸੈਨੀਵਾਲਾ ਸੁਲੇਮਾਨ ਸੜਕੀ ਲਾਂਘੇ ਨੂੰ ਖੋਲਣ ਦੀ ਮੰਗ ਕੀਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਬੰਸ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਜੇਕਰ ਸ਼ੰਭੂ ਅਤੇ ਖਨੌਰੀ ਬਾਰਡਰ ਕਿਸਾਨਾਂ ਲਈ ਨਾ ਖੋਲੇ ਤਾਂ 1 ਅਕਤੂਬਰ ਨੂੰ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਵੱਡੀ ਹਾਰ ਹੋਵੇਗੀ ਕਿਉਂਕਿ ਹਰਿਆਣਾ ਕਿਸਾਨ ਲੰਬੇ ਸਮੇਂ ਤੋਂ ਭਾਜਪਾ ਤੋਂ ਖਫਾ ਹਨ ਪੰਦੇੜ ਦਾ ਕਹਿਣਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਦਾ ਸਾਰੀਆਂ ਫਸਲਾਂ ਐਮਐਸਪੀ ਤੇ ਖਰੀਦਣ ਦਾ ਐਲਾਨ ਵੀ ਝੂਠਾ ਸਾਬਤ ਹੋਇਆ ਹੈ ਉਨ੍ਹਾਂ ਕਹਿ ਕਿ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਕਰਨ ਤੇ ਹਰਿਆਣਾ ਅਤੇ ਪੰਜਾਬ ਦੇ ਲੋਕ ਔਖੇ ਹਨ ਜਿਸ ਕਾਰਨ ਕਾਫੀ ਵੱਡਾ ਨੁਕਸਾਨ ਹੋ ਰਿਹਾ ਹੈ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਜਾਣਬੁੱਝ ਕੇ ਇਸ ਢੰਗ ਨਾਲ ਭਰਤੀਆਂ ਕਰ ਰਹੀ ਹੈ ਕਿ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਤੇ ਹੋਰ ਪਛੜੇ ਵਰਗਾਂ ਨੂੰ ਰਾਖਵਾ ਕਰਨ ਤੋਂ ਦੂਰ ਰੱਖਿਆ ਜਾ ਸਕੇ ਉਨ੍ਹਾਂ ਦਾ ਕਹਿਣਾ ਹੈ ਕਿ ਸੰਵਿਧਾਨ ਤਹਿਤ ਆਰਥਿਕ ਸਮਾਜਿਕ ਅਤੇ ਸਿਆਸੀ ਨਿਆਂ ਦੇ ਰਾਬਧਾਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਜ਼ਰੂਰੀ ਹੈ ਇਸੇ ਕਰਕੇ ਕਾਂਗਰਸ ਸਮਾਜਿਕ ਨਿਆਂ ਦੇ ਲਈ ਜਾਤੀਗਤ ਜਨਗਣਨਾ ਦੀ ਮੰਗ ਕਰ ਰਹੀ ਹੈ ਖੜਗੇ ਦਾ ਕਹਿਣਾ ਹੈ ਕਿ ਸੰਵਿਧਾਨ ਦੀ ਉਲੰਘਣਾ ਕਰਨ ਵਾਲੀ ਭਾਜਪਾ ਨੇ ਰਾਖਵਾ ਕਰਨ ਤੇ ਦੋਰਾਵਾਰ ਕੀਤਾ ਹੈ ਪਹਿਲਾ ਮੋਦੀ ਸਰਕਾਰ ਨੇ ਕੇਂਦਰ ਚ ਸੰਯੁਕਤ ਸਕੱਤਰ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੇ 45 ਅਹੁਦਿਆਂ ਦੀ ਸਿੱਧੀ ਭਰਤੀ ਦੇ ਲਈ ਅਰਜ਼ੀਆਂ ਮੰਗੀਆਂ ਹਨ ਕਿ ਇਹਨਾਂ ਵਿੱਚ ਐਸਸੀ ਐਸਟੀ, ਓਬੀਸੀ ਅਤੇ ਈਡਬਲਯੂਐਸ ਦਾ ਰਾਖਵਾਕਰਨ ਹੈ। ਉਹਨਾਂ ਦੋਸ਼ ਲਗਾਇਆ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਜਪਾ ਜਾਣਬੁੱਝ ਕੇ ਨੌਕਰੀਆਂ ਦੇ ਵਿੱਚ ਅਜਿਹੀ ਭਰਤੀ ਕਰ ਰਹੀ ਹੈ। ਤਾਂ ਜੋ ਰਾਖਵਾਕਰਨ ਤੋਂ ਐਸਸੀ, ਐਸਟੀ, ਓਬੀਸੀ ਵਰਗਾਂ ਨੂੰ ਦੂਰ ਰੱਖਿਆ ਜਾ ਸਕੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ 69000 ਸਹਾਇਕ ਅਧਿਆਪਕਾਂ ਦੀ ਭਰਤੀ ਤੇ ਆਲਾਹਾਬਾਦ ਹਾਈ ਕੋਰਟ ਦਾ ਫੈਸਲਾ ਭਾਜਪਾ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਟੁਕਮਾ ਜਵਾਬ ਹੈ ਜੋ ਕੋਟਾ ਸਿਸਟਮ ਨਾਲ ਖੇਡ ਰਹੀ ਹੈ। ਉਹਨਾਂ ਭਾਜਪਾ ਸਰਕਾਰ ਨੂੰ ਨੌਜਵਾਨਾਂ ਦੀ ਦੁਸ਼ਮਣ ਘਰਾੜ ਦਿੱਤਾ। ਰਾਹੁਲ ਗਾਂਧੀ ਦੀ ਇਹ ਟਿੱਪਣੀ ਅਲਹਾਬਾਦ ਹਾਈ ਕੋਰਟ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਸੂਬੇ ਵਿੱਚ 69000 ਸਹਾਇਕ ਅਧਿਆਪਕਾਂ ਦੀ ਨਿਯੁਕਤੀ ਲਈ ਨਵੀਂ ਚੋਣ ਸੂਚੀ ਤਿਆਰ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਆਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਾਰਜੇ ਦੇ ਬੋਝ ਹੇਠਾਂ ਦੱਬੇ ਦੱਖਣੀ ਸੂਬੇ ਲਈ ਵਿੱਤੀ ਸਹਾਇਤਾ ਵਧਾਉਣ ਦੀ ਮੰਗ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਬਜਟ ਤੋਂ ਬਾਅਦ ਮੋਦੀ ਨਾਲ ਪਹਿਲੀ ਮੁਲਾਕਾਤ ਦੌਰਾਨ ਨਾਈਡੂ ਨੇ ਨਾਮੀ ਰਾਜਧਾਨੀ ਦੇ ਵਿਕਾਸ ਲਈ 15000 ਕਰੋੜ ਰੁਪਏ ਦੇ ਫੰਡਾਂ ਸਮੇਤ ਆਂਧਰਾ ਪ੍ਰਦੇਸ਼ ਦੇ ਲਈ ਕੀਤੇ ਗਏ ਐਲਾਨਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਸੂਤਰਾਂ ਅਨੁਸਾਰ ਤੇਲਗੂ ਦੇਸ਼ਮ ਪਾਰਟੀ (TDP) ਦੇ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਸੂਬੇ ਦੀ ਵਿੱਤੀ ਸਥਿਤੀ ਬਾਰੇ ਵਿਚਾਰ-ਚਰਚਾ ਕੀਤੀ ਅਤੇ ਵਿੱਤੀ ਚੁਣੌਤੀਆਂ ਦੂਰ ਕਰਨ ਦੇ ਲਈ ਆਰਥਿਕ ਗਤੀਵਿਧੀਆਂ ਨੂੰ ਹਲਾੜਾ ਦੇਣ ਅਤੇ ਸੂਬੇ ਦੀ GDP ਵਧਾਉਣ ਲਈ ਕੇਂਦਰੀ ਸਹਾਇਤਾ ਵਧਾਉਣ ਦੀ ਅਪੀਲ ਕੀਤੀ ਹੈ। हिमाचल प्रदेश ਦੇ ਸੇਬ ਉਤਪਾਦਕ ਖੇਤਰ ਵਿੱਚ ਬੱਦਲ ਫਟਣ ਦੇ ਨਾਲ ਦੇਰ ਰਾਤ ਅਚਾਨਕ ਆਏ ਹੜ ਕਰਨ ਰੋੜੂ ਰਾਮਪੁਰ ਰਸਤਾ ਨੁਕਸਾਨਿਆ ਗਿਆ। ਰਾਮਪੁਰ ਦੇ ਤਕਲੇਚ ਦੇ ਡਮਰਾੜੀ ਵਿੱਚ ਬੱਦਲ ਫਟਣ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਿਵੇਂ ਹੀ ਸਥਾਨਕ ਲੋਕਾਂ ਨੂੰ ਬੱਦਲ ਫਟਣ ਦੀ ਸੂਚਨਾ ਮਿਲੀ ਉਹ ਆਪਣੇ ਪਰਿਵਾਰਾਂ ਸਮੇਤ ਸੁਰੱਖਿਅਤ ਸਥਾਨਾਂ ਵੱਲ ਚਲੇ ਗਏ। ਇਲਾਕਾ ਨਿਵਾਸੀਆਂ ਨੇ ਸਾਰੀ ਰਾਤ ਘਰਾਂ ਤੋਂ ਬਾਹਰ ਹੀ ਲੰਗਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਖੇਤਰ ਵਿੱਚ ਦੇਰ ਰਾਤ ਬੱਦਲ ਫਟਣ ਦੇ ਨਾਲ ਰਾਸ਼ਟਰੀ ਰਾਜਮਾਰਗ 5 ਸਮੇਤ 132 ਸੜਕਾਂ ਤੇ ਆਵਾਜਾਈ ਠੱਪ ਹੋਈ ਹੈ। ਜਲਾਲਾਬਾਦ ਦੇ ਥਾਣਾ ਬੈਰੋਕਾ ਅਧੀਨ ਪੈਂਦੇ ਪਿੰਡ ਬਾਂਮਣੀ ਵਾਲਾ ਵਿੱਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਇੱਕ ਗਲੀ ਵਿੱਚ ਕੂੜਾ ਚੁੱਕਣ ਵਾਲੇ ਵਿਅਕਤੀ ਨਾਲ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਜਦੋਂ ਇੱਕ ਕੂੜਾ ਚੁੱਕਣ ਵਾਲਾ ਵਿਅਕਤੀ ਪਿੰਡ ਦੀ ਰੂੜੀ ਤੋਂ ਕੂੜਾ ਚੋਕਰਿਆ ਸੀ ਤਾਂ ਉਸ ਨੇ ਆਪਣੇ ਹੱਥ ਵਿੱਚ ਫੜਿਆ ਡੰਡਾ ਉੱਥੇ ਪਈ ਆਟੇ ਵਾਲੀ ਥੈਲੀ ਤੇ ਮਾਰਿਆ ਤਾਂ ਉਥੇ ਇਕਦਮ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੂੜਾ ਚੁੱਕਣ ਵਾਲਾ ਵਿਅਕਤੀ ਲੱਤਾਂ ਤੇ ਸ਼ਰਰੇ ਲੱਗਣ ਕਾਣ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਆਟੇ ਦਾ ਗੱਟਾ ਬਰਾਮਦ ਕਰ ਲਿਆ ਹੈ ਜਿਸ ਵਿੱਚ ਤੇਸੀ ਬੰਬ ਸਨ। ਇਹਨਾਂ ਬੰਬਾਂ ਨੂੰ ਛੁੱਟੀਅਤ ਆਇਆ ਇੱਕ ਫੌਜੀ ਬਲੋਂ ਪੈਂਟ ਦੇ ਬਾਹਰ ਸੇਮ ਨਾਲੇ ਤੇ ਜਾ ਕੇ ਨਸ਼ ਕੀਤਾ ਗਿਆ ਸੀ। आईएमएफ ਦੀ ਫਸਟ ਡਿਪਟੀ ਐਮਡੀ ਗੀਤਾ ਗੋਪੀਨਾਥ ਨੇ ਵਿੱਤ ਮੰਤਰੀ ਨਰਮਲਾ ਸਿਤਾਰਾਮਾ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਆਰਥਿਕ ਨੀਤੀਆਂ 'ਚ ਸੁਧਾਰ ਜਾਰੀ ਰੱਖਣ ਲਈ ਵਿੱਤ ਮੰਤਰੀ ਦੀ ਸ਼ਲਾਘਾ ਕੀਤੀ ਹੈ। ਨਰਮਲਾ ਸਿਤਾਰਮਨ ਦਾ ਕਹਿਣਾ ਹੈ ਕਿ ਭਾਰਤ ਆਈਐਮਐਫ ਦੇ ਨਾਲ ਸਹਿਯੋਗ ਵਧਾਉਣ ਦੇ ਨਵੇਂ ਰਸਤੇ ਲਵੇਗਾ। ਇਸ ਤੋਂ ਪਹਿਲਾਂ ਗੀਤਾ ਗੋਪੀਨਾਥ ਦਾ ਕਹਿਣਾ ਹੈ ਕਿ ਭਾਰਤ ਨੂੰ 2030 ਤੱਕ 6 ਤੋਂ 14 ਕਰੋੜ ਨੌਕਰੀਆਂ ਪੈਦਾ ਕਰਨੀਆਂ ਪੈਣਗੀਆਂ। ਹਰ ਸਾਲ ਦੇਸ਼ ਵਿੱਚ ਘਟੋ-ਘਟ 1 ਕਰੋੜ ਨੌਕਰੀ ਪੈਦਾ ਹੋਣੀ ਚਾਹੀਦੀ ਹੈ ਇੰਟਰਨੈਸ਼ਨਲ ਮੋਨਿਟਰ ਫੰਡ ਆਈਐਮਐਫ ਦੀ ਗੀਤਾ ਗੋਪੀਨਾਥ ਨੇ ਇੱਕ ਮੁਲਾਕਾਤ ਚ ਕਿਹਾ ਕਿ ਜੇਕਰ ਭਾਰਤ 1 ਕਰੋੜ ਤੋਂ 2.4 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰੇਗਾ ਤਾਂ ਉਸ ਦੀ ਆਰਥਿਕ ਗਤੀ ਰਫ਼ਤਾਰ ਫੜੀ ਰੱਖੇਗੀ ਉਹਨਾਂ ਕਹਿ ਕਿ ਮਹਿੰਗਾਈ ਇੱਕ ਵੱਡੀ ਚੁਣੌਤੀ ਹੈ ਹਾਲਾਂਕਿ ਕਈ ਦੇਸ਼ਾਂ ਵਿੱਚ ਇਹ ਹੁਣ ਸੁਸਤ ਪੈਣ ਲੱਗੀ ਹੈ ਹਾਲਾਂਕਿ ਨੌਕਰੀਆਂ ਦੇ ਮੋਰਚੇ ਤੇ ਸਥਿਤੀ ਚ ਅਜੇ ਉਹਨਾ ਸੁਧਾਰ ਨਹੀਂ ਹੋਇਆ ਜਿਸ ਲਈ ਵੱਤੋ ਵੱਤ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਪੈਣਗੇ ਜੰਮੂ ਕਸ਼ਮੀਰ ਵਿੱਚ ਕਰੀਬ 10 ਸਾਲਾਂ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਸਿਆਸੀ ਪਾਰਟੀਆਂ ਨਾਲ ਜੁੜੇ ਆਗੂਆਂ ਨੇ ਆਪਣੀਆਂ ਟਿਕਟਾਂ ਪੱਕੀਆਂ ਕਰਨ ਦੇ ਲਈ ਆਪਣਾ ਪਾਲਾ ਬਦਲਣਾ ਸ਼ੁਰੂ ਕਰ ਦਿੱਤਾ ਹੈ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਬਦਲੇ ਸਮੀਕਰਨ ਨੂੰ ਦੇਖਦੇ ਹੋਏ ਵਿਧਾਨ ਸਭਾ ਚੋਣਾਂ ਲੜਨ ਦੇ ਇਸ਼ਕ ਆਗੂਆਂ ਨੇ ਉਹਨਾਂ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਜਿੱਥੇ ਉਹ ਆਸਾਨੀ ਨਾਲ ਜਿੱਤ ਬਣਾ ਸਕਦੇ ਹਨ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦੀ ਪਾਰਟੀ ਡੀਪੀ ਏਪੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਤਾਜ ਮੁਹੈਦੀਨ ਨੇ ਪਾਰਟੀ ਨੂੰ ਅਰਬਦਾ ਕਹਿ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਣਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਚਾਰ ਰਾਤਾਂ ਤੱਕ ਕਾਂਗਰਸ 'ਚ ਰਹਿਣ ਤੋਂ ਬਾਅਦ ਉਹ ਡੀਪੀ ਏਪੀ ਨਾਲ ਜੁੜੇ ਹੁਣ ਆਪਣੇ ਹਮਾਤਿਆਂ ਤੇ ਜਨਤਾ ਦੀਆਂ ਅਸ਼ਾਆਂ ਅਨੁਸਾਰ ਜਲਦੀ ਹੀ ਮੋੜ ਕਾਂਗਰਸ ਵਿੱਚ ਸ਼ਾਮਲ ਹੋਣਗੇ ਇਸੇ ਤਰ੍ਹਾਂ ਕਸ਼ਮੀਰ ਵਿੱਚ ਆਪਣਾ ਆਧਾਰ ਬਣਾ ਰੇ ਆਪਣੀ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਜ਼ੁਲਫਕਰ ਵੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਸੂਤਰਾਂ ਮੁਤਾਬਕ ਚੌਧਰੀ ਜ਼ੁਲਫਕਰ ਐਤਵਾਰ ਨੂੰ ਜੰਮੂ ਸਥਿਤ ਭਾਜਪਾ ਹੈੱਡਕੁਆਰਟਰ ਤੋਂ ਪਾਰਟੀ ਵਿੱਚ ਸ਼ਾਮਲ ਹੋਣਗੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਸ਼ਾ ਨਾਲ ਮੁਲਾਕਾਤ ਕੀਤੀ ਅਤੇ ਜੰਮੂ ਕਸ਼ਮੀਰ ਦੇ ਸਿਆਸੀ ਹਾਲਾਤ ਅਤੇ ਹੋਰ ਮੁੱਦਿਆਂ ਤੇ ਚਰਚਾ ਕੀਤੀ ਕੇਂਦਰ ਵੱਲੋਂ ਪਹਾੜੀ ਪਾਈਚਾਰੇ ਨੂੰ ਵੀ ਰਾਖਮਾ ਕਰਨ ਦਿੱਤੇ ਜਾਣ ਤੋਂ ਬਾਅਦ ਉਹਨਾਂ ਨੇ ਪਾਜਵਾ ਵਿੱਚ ਸ਼ਾਮਲ ਹੋਣਾ ਉਚਿਤ ਸਮਝਿਆ ਰਜੌਰੀ ਦੇ ਦਰਹਾਲ ਇਲਾਕੇ ਵਿੱਚ ਪਹਾੜੀਆਂ ਦੀ ਵੱਡੀ ਗਿਣਤੀ ਹੈ ਉਹ ਗੁਜਰ ਆਗੂ ਹੋਣ ਦਾ ਲਾਹਾ ਲੈ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਵਿੱਡੀ ਮਹਿੰਮਦਾਨ ਫਰੀਦਕੋਟ ਪੁਲਿਸ ਨੇ ਗੁਲਾਬ ਸਿੰਘ ਜੋ ਕਿ 77 ਕਿਲੋ ਹੈਰਨ ਬਰਾਮਦਗੀ ਮਾਮਲੇ ਵਿੱਚ ਲੜਿੰਦਾ ਮੁੱਖ ਮਲਜ਼ਮ ਹੈ ਦੀ ਗ੍ਰਫਤਾਰੀ ਨਾਲ ਸਰਹੱਦ ਪਰ ਹੋਣ ਵਾਲੇ ਨਾਰਕੋਸ ਸਮਗਲਨ ਨੂੰ ਨੱਥ ਪਾਉਣ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਕਾਰਵਾਈ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਫਾਜ਼ਿਲਕਾਬੋ 77 ਕਿਲੋ ਹਰਨ ਅਤੇ 3 ਪਸਤੋਨਾਂ ਦੀ ਬਰਾਮਦਗੀ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕਰਕੇ ਸੀਮਾ ਪਾਰ ਦੇ ਦੋ ਵੱਕਵਾਕਾ ਨਸ਼ਾ ਤਸਕਰੀ ਰੈਕર્ડ ਦਾ ਪਰਦਾਫਾਸ਼ ਕਰਨ ਦੇ ਵਿੱਚ ਲਗਭਗ 1 ਸਾਲ ਬਾਅਦ ਅਮਲ ਵਿੱਚ ਲਿਆਂਦੀ ਗਈ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਵਰਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਦੁਆਰਾ ਫਰਾਂਸ ਦੇ ਕਮੂਨੋ ਅਤੇ ਇਟਲੀ ਵਾਸੀ ਸੰਗਤ ਦੇ ਨਾਲ ਮਿਲ ਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਟਲੀ ਬਲੋਂ ਫਰਾਂਸ ਸ਼ਹਿਰ ਵਿੱਚ ਸਿੱਖ ਫੌਜੀ ਜੋ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਉਹਨਾਂ ਦੇ 80ਵੇਂ ਸ਼ਹੀਦੀ ਦਿਵਸ ਤੇ ਇਹ ਸਮਾਗਮ ਕਰਵਾਇਆ ਗਿਆ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪ ਵਿੱਚ ਜਾਪ ਕੀਤੇ ਗਏ ਫਿਰ ਭਾਈ ਸੇਵਾ ਸਿੰਘ ਫੌਜੀ ਨੇ ਅਰਦਾਸ ਕੀਤੀ ਇਸ ਮੌਕੇ ਤੇ ਪਹੁੰਚੀਆਂ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਕਮੰਤਰੀ ਹਲਵਾਰਾ 에ਅਰਪੋਰਟ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਪਿੰਡ ਐਤੀਆਣਾ ਦੇ 166 ਏਕੜ ਜ਼ਮੀਨ ਮਾਲਕਾਂ ਨੇ 에ਅਰਪੋਰਟ ਦਾ ਨਾਂ ਪਿੰਡ ਵਿੱਚ ਐਤੀਆਣਾ ਜੋੜਨ ਅਤੇ ਇੱਕ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਰੋਸ ਵਿੱਚ ਕੈਂਡਲ ਮਾਰਚ ਕੱਢ ਕੇ ਰੋਸਤਾ ਪ੍ਰਗਟਾਵਾ ਕੀਤਾ ਇਸ ਮੌਕੇ ਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਫੌਜ ਅੱਡਾ ਹਲਵਾਰਾ ਦੇ ਨਜ਼ਦੀਕ ਬਣ ਰੇ ਕਮਾਂਤਰੀ ਹਵਾਈ ਅੱਡੇ ਦੇ ਲਈ ਉਹਨਾਂ ਦੇ ਪਿੰਡ ਦੀ ਜ਼ਮੀਨ ਕੌਡੀਆਂ ਦੇ ਭਾਅ ਅਕਵਾਇਰ ਕੀਤੀ ਗਈ ਸੀ ਪਰ ਉਸ ਅਕਵਾਰ ਕੀਤੀ ਗਈ ਜ਼ਮੀਨ ਵਿੱਚੋਂ ਇੱਕ ਇੱਕ ਕਿਸਾਨ ਦੀ ਮੋਟਰ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਇਸ ਮੌਕੇ ਤੇ ਉਹਨਾਂ ਨੇ ਪਿੰਡ ਦਾ ਨਾਂ ਵੀ ਜੋੜਨ ਦੀ ਮੰਗ ਕੀਤੀ ਹੈ ਦੇਸ਼ ਤੇ ਵਪਾਰ ਟੀਵੀ ਤੇ ਕੁਝ ਗੱਲਾਂ ਫਿਲਮਾਂ ਦੀਆਂ ਸਾਲ 2023 ਵਿੱਚ ਕਈ ਬਲੌਕਬਸਟਰ ਦੇਣ ਵਾਲੇ ਹਿੰਦੀ ਸਿਨਮਾ ਦੇ ਕਾਰੋਬਾਰ ਨੂੰ ਇਸ ਸਾਲ ਵੀ ਛੋਟੀਆਂ ਫਿਲਮਾਂ ਦਾ ਵੱਡਾ ਸਹਾਰਾ ਮਿਲ ਰਿਹਾ ਹੈ ਇਸੇ ਲੜੀ ਤਹਿਤ ਅਮਰ ਕੌਸ਼ਕ ਦੀ ਇਸਤਰੀ ਫਰਾਂਚਾਈਜ਼ੀ ਦੀ ਦੂਸਰੀ ਫਿਲਮ ਇਸਤਰੀ 2 ਸਫਲਤਾਪੂਰਵਕ ਚੱਲ ਰਹੀ ਹੈ ਸਿਰਫ 50 ਕਰੋੜ ਦੇ ਬਜਟ ਵਿੱਚ ਸ਼ਰਦਾ ਕਪੂਰ ਸਟਾਰਰ ਇਸਰਵਦਾ ਬਿਜ਼ਨਸ 2 ਦਿਨ ਦੇ ਵਿੱਚ 93 ਕਰੋੜ ਦਾ ਰਿਹਾ ਹੈ 15 ਅਗਸਤ ਨੂੰ ਪਰਦੇ ਤੇ ਆਈ ਫਿਲਮ ਪਹਿਲੇ ਹਫਤੇ ਜਾਨੀ ਵੀਰਵਾਰ ਤੋਂ ਐਤਵਾਰ ਦੇ 4 ਦਿਨ ਵਿੱਚ 200 ਕਰੋੜ ਦਾ ਪੂਰੀ ਦੁਨੀਆ ਦੇ ਵਿੱਚ ਕਾਰੋਬਾਰ ਕੀਤਾ ਹੈ ਇਸ ਮੌਕੇ ਤੇ ਫਿਲਮ ਆਲੋਚਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਫਿਲਮ ਘੱਟ ਬਜਟ ਦੀ ਹੈ ਲੇਕਿਨ ਜੋ ਇਸਨੇ ਤਹਿਲ ਕ ਮਜਾਆ ਹੈ ਉਸ ਦੀ ਤਾਰੀਫ ਕਰਨੀ ਬਣਦੀ ਹੈ ਹੈਰਾਨੀ ਦੀ ਗੱਲ ਹੈ ਕਿ ਇਹ ਵੱਡੇ ਬਜਟ ਦੀਆਂ ਫਿਲਮਾਂ ਅਕਸ਼ੇ ਕੁਮਾਰ ਦੀ ਖੇਲ ਖੇਲ ਵਿੱਚ ਅਤੇ ਜੌਨ ਅਬਰਾਹਮ ਦੀ ਬੇਦਾਰੇ ਸਾਹਮਣੇ ਰਿਲੀਜ਼ ਹੋਈ ਹੈ ਇਨ੍ਹਾਂ ਦੋਵਾਂ ਫਿਲਮਾਂ ਨੇ ਇਸ ਦੇ ਮੁਕਾਬਲੇ ਅੱਧਾ ਕਾਰੋਬਾਰ ਵੀ ਨਹੀਂ ਕੀਤਾ ਆਮਰ ਕੌਸ਼ਕ ਦੀ ਇਸਤਰੀ ਦਾ ਪਹਿਲਾ ਪੜ 2018 ਵਿੱਚ ਆਇਆ ਸੀ ਇਸ ਦਾ ਬਜਟ 24 ਕਰੋੜ ਸੀ ਇਸ ਫਿਲਮ ਨੇ 140 ਕਰੋੜ ਦਾ ਬਿਜ਼ਨਸ ਕੀਤਾ ਸੀ ਇਸੇ ਕਰਕੇ ਲੋਕ ਪਾਰਟ 2 ਦਾ ਇੰਤਜ਼ਾਰ ਕਰ ਰਹੇ ਸੀ ਜਿਸ ਨੂੰ ਪਰਮਾ ਹੁੰਗਾਰਾ ਮਿਲਿਆ ਹੈ ਫਿਲਮ ਇੰਡਸਟਰੀ ਦਾ ਕਹਿਣਾ ਹੈ ਕਿ ਇਸ ਦਾ ਲਾਈਫਟਾਈਮ ਬਿਜ਼ਨਸ 350 ਕਰੋੜ ਦੇ ਕਰੀਬ ਜਾ ਸਕਦਾ ਹੈ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਜਿਸ ਕਰਕੇ ਇਸ ਨੇ ਇੰਨੀ ਵੱਡੀ ਕਲੈਕਸ਼ਨ ਕੀਤੀ ਹੈ। ਕਾਰਤਿਕ ਆਰਿਆਨ ਇਹਨਾਂ ਦੇ ਨਾਲ ਵਿੱਚ ਆਪਣੀ ਫਿਲਮ ਭੂਲ ਭਲਈਆ 3 ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਇਸ ਫਿਲਮ ਦੇ ਵਿੱਚ ਉਸ ਦੇ ਨਾਲ ਤ੍ਰਿਪਤੀ ਡਿਮਰੀ ਮੇਨ ਲੀਡ ਵਿੱਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਹੈ। ਪਹਿਲਾਂ ਖਬਰ ਇਹ ਸੀ ਕਿ ਫਿਲਮ ਦਾ ਟੀਜ਼ਰ ਇਸ ਜੁਲਾਈ 2 ਦੇ ਵਿਚਕਾਰ ਲਾਂਚ ਕੀਤਾ ਜਾਵੇਗਾ ਲੇਕਿਨ ਨਿਰਮਾਤਾ ਮੈਨੇ ਇਸ ਨੂੰ ਟਾਲ ਦਿੱਤਾ। ਰਿਪੋਰਟਰਾਂ ਦਾ ਕਹਿਣਾ ਹੈ ਕਿ ਫਿਲਮ ਦਾ ਟੀਜ਼ਰ ਇਸ ਸਾਲ ਅਗਸਤ ਦੇ ਅੰਤ ਤੱਕ ਆਵੇਗਾ ਅਤੇ ਜਲਦੀ ਇਸ ਦੀ ਡੇਟ ਵੀ ਐਲਾਨ ਕੀਤੀ ਜਾਵੇਗੀ। ਇਸ ਫਿਲਮ ਦੇ ਵਿੱਚ ਕਾਰਤਕ, ਤ੍ਰਿਪਤੀ ਦੇ ਇਲਾਵਾ ਮਾਦਰੀ ਦੇਖਸ਼ਟ ਅਤੇ ਵਿਦਿਆਵਾਲਨ ਵੀ ਮੋੱਖ ਰੋਲ ਵਿੱਚ ਦਿਖਾਈ ਦੇਣਗੇ। ਇਹ ਇੱਕ ਕਮੇਡੀ ਹਾਰਰ ਫਿਲਮ ਹੈ। ਇਸ ਫਿਲਮ ਵਿੱਚ ਵਿਦਿਆ ਆਪਣੀ ਮੰਜੁਲਕਾ ਵਾਲੀ ਭੂਮਿਕਾ ਨੂੰ ਦੁਹਰਾਏਗੀ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਅਨੀਸ਼ ਵਜਮੀ ਨੇ ਕੀਤਾ ਹੈ। ਇਹ ਫਿਲਮ ਇਸ ਸਾਲ ਦਿਵਾਲੀ ਤੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਜਦੋਂ ਕਿ ਦਿਵਾਲੀ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਹਨ ਦਿਵਾਲੀ ਦਾ ਅਜਿਹਾ ਸੀਜ਼ਨ ਮੰਨਿਆ ਜਾਂਦਾ ਹੈ ਜਿੱਥੇ ਫਿਲਮਾਂ ਨੂੰ ਵਧੀਆ ਹੰਗਾਰਾ ਮਿਲਦਾ ਹੈ ਇਸ ਤੋਂ ਪਹਿਲਾਂ ਕਾਰਤਕ ਦੀ ਫਿਲਮ ਚੰਦੂ ਚੈਂਪੀਅਨ ਆਈ ਸੀ ਜਿਸ ਨੇ ਇਨਾ ਕੋਈ ਖਾਸ ਨਹੀਂ ਕੀਤਾ ਕਾਰਤਕ ਇਹਨਾਂ ਦਿਨਾਂ ਦੇ ਵਿੱਚ ਆਪਣੀ ਨਵੀਂ ਫਿਲਮ ਕੈਪਟਨ ਇੰਡੀਆ ਦੀ ਵੀ ਸ਼ੂਟਿੰਗ ਕਰ ਰਹੇ ਹਨ ਜਿਸ ਦਾ ਨਿਰਦੇਸ਼ਨ ਹੰਸਲ ਮਹਿਤਾ ਦਾ ਹੈ ਕਾਰਤਕ ਆਰਿਆਨ ਦਾ ਕਹਿਣਾ ਹੈ ਕਿ ਮੈਨੂੰ ਕਮੇਡੀ ਫਿਲਮਾਂ ਕਰਕੇ ਬਹੁਤ ਖੁਸ਼ੀ ਹੁੰਦੀ ਹੈ ਮੈਂ ਚਾਹੁੰਦਾ ਹਾਂ ਕਿ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਕਰਾਂ ਲੇਕਿਨ ਜੋ ਕਮੇਡੀ ਹਾਰਰ ਫਿਲਮਾਂ ਹਨ ਉਹਨਾਂ ਨੂੰ ਕਰਨ ਦਾ ਮੇਰਾ ਬਹੁਤ ਦਿਲ ਕਰਦਾ ਹੈ ਜਿਸ ਕਰਕੇ ਇਹ ਫਿਲਮਾਂ ਹਿੱਟ ਜਾਂਦੀਆਂ ਹਨ ਵੈਸੇ ਤਾਂ ਮੈਂ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਕਰਕੇ ਖੁਸ਼ ਹਾਂ ਲੇਕਿਨ ਮੈਨੂੰ ਕਮੇਡੀ ਕਰਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ